ਖਾਲਸਾ ਵਲੋਂ ਇੱਕ 19 ਜਿਹੜੇ ਹਾਈ ਕਮਿਸ਼ਨਰਸ ਨੇ ਉਹਨਾਂ ਨੂੰ ਇੱਕ ਚਿੱਠੀ ਭਾਈ ਗਈ ਸੀ। ਔਰ ਉਸ ਚਿੱਠੀ ਦੇ ਵਿੱਚ ਉਹਨਾਂ ਨੂੰ ਸੰਖੇਪ ਰੂਪ ਦੇ ਵਿੱਚ ਬ੍ਰੀਫ ਰੂਪ ਦੇ ਵਿੱਚ ਜੋ ਇੰਡੀਆ ਦੇ ਵਿੱਚ ਪੰਜਾਬ ਤੇ ਸਿੱਖ ਪੋਜੀਸ਼ਨ ਹੈ ਉਹਨਾਂ ਬਾਰੇ ਇਤਲਾਹ ਦਿੱਤੀ ਗਈ ਸੀ। ਤੇ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਇੰਡੀਆ ਹੈਜ਼ ਅ ਲੋਟ ਟੂ ਅਨਸਰ। ਤੇ ਨਾਲ ਉਹਨਾਂ ਤੋਂ ਇਹ ਮੰਗ ਵੀ ਕੀਤੀ ਕਿ ਜਦੋਂ ਤੁਸੀਂ ਅੰਮ੍ਰਿਤਸਰ ਆਓ ਜਾਂ ਕਿਉਂਕਿ ਜਿਸ ਦਿਨ ਅਸੀਂ ਚਿੱਠੀ ਪਾਈ ਸੀ ਉਸ ਦਿਨ ਫੋਰਨ ਮਿਨਿਸਟਰ ਸਾਰੇ ਜਿਹੜੇ ਉਸ ਦੇਸ਼ ਦੇ ਉਹ ਦਿੱਲੀ ਆਏ ਸੀ ਤਾਂ ਸਾਨੂੰ ਮਿਲਣ ਦਾ ਵੀ ਤੁਹਾਡੇ ਨਾਲ ਬੈਠ ਕੇ ਗੱਲ ਕਰਨ ਦਾ ਵੀ ਮੌਕਾ ਦਿੱਤਾ ਜਾਵੇ ਉਹ ਮੌਕਾ ਸਾਨੂੰ ਕੁਝ ਕਰਨਾ ਕਰਕੇ ਨਹੀਂ ਮਿਲ ਪਾਇਆ ਸੋ ਉਸ ਤੋਂ ਬਾਅਦ ਅਗਲਾ ਟੈਪ ਲੰਦੇ ਹੋਏ ਅਸੀਂ ਅੱਜ ਦਾ ਇਹ ਗੈਦਰਿੰਗ ਜਿਹੜੀ ਹੈ ਸਮਿਟ ਉਹਨੂੰ ਸੱਦਿਆ ਪੀ 20 ਨਾ ਇਸ ਕਰਕੇ ਦਿੱਤਾ ਕਿ ਅਸੀਂ 20 ਆਰਗੇਨਾਈਜੇਸ਼ਨਸ ਨੂੰ ਇਨਵਾਈਟ ਕੀਤਾ ਤੇ 20 ਸਪੀਕਰਸ ਨੇ ਚੰਡੀਗੜ੍ਹ ਨੂੰ ਕਿਉਂਕਿ ਅਸੀਂ ਮੰਨਦੇ ਆ ਕਿ ਪੰਜਾਬ ਦਾ ਹਿੱਸਾ ਹੈ ਪੰਜਾਬ ਦੀ ਰਾਜਧਾਨੀ ਆ ਤੇ ਪੰਜਾਬ ਨੂੰ ਚੰਡੀਗੜ੍ਹ ਨੂੰ ਨਾਲ ਜੋੜੀਏ ਤੇ ਇਹ ਡਾਟਾ ਜਿਹੜਾ ਆ ਉਹ ਤਕਰੀਬਨ ਤਕਰੀਬਨ 10 ਲੱਖ ਦੇ ਲਾਗੇ ਜਾਂਦਾ ਆ ਜਿਹੜਾ ਉਹ ਸਰਕਾਰੀ ਅੰਕੜਾ ਦੇ ਮੁਤਾਬਕ 9 ਲੱਖ 84 ਹਜ਼ਾਰ ਜਿਹੜਾ ਬੰਦਾ ਆ ਪੰਜਾਬ ਤੇ ਚੰਡੀਗੜ੍ਹ ਦਾ ਇਹਨਾਂ 5 ਸਾਲਾਂ ਦੇ ਵਿੱਚ ਇਤੋਂ ਛੱਡ ਕੇ ਜਾ ਚੁੱਕਿਆ ਆ ਸੋ ਉਹ ਗਿਆ ਇਹ ਜਿਹੜੇ ਗਏ ਨੇ ਲੋਕ ਇਹ ਅਸੀਂ ਸਾਰੇ ਸਮਝਦੇ ਆ ਕਿ ਸਾਡਾ ਬ੍ਰੇਨ ਡレイン ਹੋਇਆ ਔਰ ਕਦਾਂ ਬ੍ਰੇਨ ਡレイン ਨਹੀਂ ਹੋਇਆ ਇਹਦੇ ਨਾਲ ਸਾਡੀ ਇਕਨੋਮੀ ਵੀ ਇਫੈਕਟ ਹੋਈ ਉਹ ਕਿਵੇਂ ਹੁੰਦੀ ਆ ਈਵਨ ਜਿਹੜਾ ਜੀ20 ਸੱਟ ਇੱਥੇ ਅੰਮ੍ਰਿਤਸਰ ਦੇ ਵਿੱਚ ਹੋਇਆ ਵੀ ਆ ਉਹਦੇ ਵਿੱਚ ਵੀ ਜਿਹੜੇ ਬੁਲਾਰੇ ਬੋਲੇ ਨੇ ਉਹਨਾਂ ਨੇ ਇਸ ਗੱਲ ਤੇ ਉਤੇ ਜ਼ੋਰ ਦਿੱਤਾ ਹੈ ਕਿ ਜਿਹੜਾ ਕਮਿਊਨਿਟੀ ਜਿਹੜਾ ਮੁਲਕ ਆਪਣੇ ਸਟੂਡੈਂਟ ਨੂੰ ਵੀ 22 ਸਾਲ ਤੱਕ ਪੜਾਉਂਦਾ ਹੈ ਤਾਂ ਉਹ ਆਪਣੀ ਇਕਨੋਮੀ ਉਤੇ ਇਨਵੈਸਟ ਕਰਦਾ ਹੈ ਉਹਦੇ ਚਾਹੇ ਘਰ ਦੇ ਕਰਨ ਚਾਹੇ ਕੋਈ ਹੋਰ ਸੰਸਥਾਵਾਂ ਕਰਨ ਉਹ ਆਪਣੀ ਇਕਨੋਮੀ ਉਤੇ ਇਨਵੈਸਟ ਕਰਦਾ ਜਦੋਂ ਮੌਕਾ ਆਉਂਦਾ ਹੈ ਕਿ ਉਹਨੇ ਸਮਾਜ ਨੂੰ ਵਾਪਸ ਦੇਣਾ ਹੁੰਦਾ ਹੈ ਕੁਝ ਉਦੋਂ ਜਹਾ ਚੜ ਕੇ ਬਾਹਰ ਚਲਾ ਜਾਂਦਾ ਸੋ ਇਹ ਬੜੀ ਤਗੜੀ ਪ੍ਰੋਬਲਮ ਹੈ ਕੱਲੇ ਪੰਜਾਬ ਵਾਸਤੇ ਨਹੀਂ ਕਿ ਬਾਕੀ ਮੁਲਕਾਂ ਵਾਸਤੇ ਵੀ ਹੈ ਸੋ ਜਿਹੜੇ G20 ਮੁਲਕ ਨੇ ਜਿਹੜੇ ਵੀ ਇਸ ਚੀਜ਼ ਨੂੰ ਸਮਝਦੇ ਨੇ ਉਹਨਾਂ ਨੂੰ ਅਸੀਂ ਇਹ ਜ਼ਰੂਰ ਦੱਸਣਾ ਚਾਹੁੰਦੇ ਆ ਕਿ ਸਾਡੇ ਨਾਲ ਇਹ ਸਿਰਫ ਆਮ ਘਟਨਾਵਾਂ ਚ ਨਹੀਂ ਹੋ ਰਿਹਾ ਪੰਜਾਬ ਬੜਾ ਕੁਝ ਹਾਲਿਆ ਬੜਾ ਤਰੱਕੀ ਵਾਲਾ ਸੂਬਾ ਸੀ ਇੱਥੇ ਜਾਣ ਵੱਜ ਕੇ ਇੰਡੀਆ ਦੀਆਂ ਪਾਲਿਸੀਆਂ ਦੇ ਤਹਿਤ ਸਾਨੂੰ ਇੱਥੋਂ ਕੱਢਿਆ ਜਾ ਰਿਹਾ ਇਹ ਨਹੀਂ ਵੀ ਸਾਡੇ ਇੱਥੇ ਗਰੀਬੀ ਜਿਆਦਾ ਇਸ ਕਰਕੇ ਲੋਕ ਬਾਹਰ ਭੱਜ ਰਹੇ ਨੇ ਬਾਕੀ ਇੰਡੀਆ ਨਾਲੋਂ ਅਸੀਂ ਬੜੇ ਚੰਗੇ ਆ ਆਰਥਿਕ ਪੱਖੋਂ ਜੇ ਸਾਡਾ ਕੋਈ ਵੀ ਬਾਹਰ ਨਾ ਜਾਵੇ ਤਾਂ ਵੀ ਅਸੀਂ ਇੱਥੇ ਰੋਟੀ ਪਾਣੀ ਖਾ ਸਕਦੇ ਪਰ ਇੱਥੇ ਆਈਲੈਂਡਸ ਦੇ ਬੋਰਡ ਲਾ ਲਾ ਕੇ ਸਾਨੂੰ ਜਿਚਾਇਆ ਜਾ ਰਿਹਾ ਕਿ ਧਰਤੀ ਤੁਹਾਡੇ ਰਹਿਣ ਲਾਇਕ ਜਿਹੜੀ ਉਹ ਨਹੀਂ ਰਹੀ ਜਿਹੜੇ ਸਾਡੇ ਇੱਥੇ ਦੇ ਮਾਲ ਹੈਗਾ ਉਹ ਜਿਹੜਾ ਇੱਥੋਂ ਪਾਕਿਸਤਾਨ ਜਾ ਸਕਦਾ ਉਹਦੇ ਵਿੱਚ ਸਾਡੇ ਕੰਪਲੀਮੈਂਟਰੀਲੀ ਬਹੁਤ ਹੈ ਉਥੋਂ ਜਿਹੜੇ ਡਰਾਈ ਫਰੂਟ ਗੁੱਡਸ ਡੇਟਸ ਵਗੈਰਾ ਆਉਂਦੇ ਆ ਘੱਟ ਰੇਟ ਤੇ ਸਸਤੇ ਉਥੋਂ ਮਿਲ ਸਕਦੇ ਹੈਗੇ ਆ ਜੇ ਤੁਸੀਂ ਉਰੇ ਸਬਜੀ ਦਾ ਟਰੱਕ ਨਰਮੇ ਦਾ ਟਰੱਕ ਭੇਜ ਦਿਓ ਵਾਪਸੀ ਤੇ ਜਿਪਸਮ ਤੇ ਸਿਮੈਂਟ ਘੱਟ ਰੇਟ ਤੇ ਆ ਸਕਦਾ ਅੱਜ ਗਰੀਬ ਆਪਣਾ ਘਰ ਬਣਾ ਨਹੀਂ ਸਕਦਾ ਸਮਾਂ ਸੀਗਾ ਕਿ 250 ਰੁਪਿਆਲਾ ਥੈਲਾ ਸੀਮੈਂਟ ਦਾ ਹੁੰਦਾ ਸੀ ਕਿਉਂ ਕਿ ਪਾਕਿਸਤਾਨ ਤੋਂ ਸੀਮੈਂਟ ਉਰੇ ਆਉਂਦਾ ਸੀ ਗਰੀਬ ਆਪਣੀ ਕੰਸਟਰਕਸ਼ਨ ਕਰਨ ਜੱਗਾ ਹੁੰਦਾ ਸੀਗਾ ਪਰ ਅੱਜ 400 ਤੋਂ ਥੱਲੇ ਨਹੀਂ ਮਿਲਦਾ ਹੈਗਾ ਇਹ ਮਹਿੰਗਾਈ ਦਾ ਕਾਰਨ ਸਭ ਤੋਂ ਵੱਡਾ ਕਿ ਆਪਾਂ ਨੇ ਇੰਟਰਨੈਸ਼ਨਲ ਬੋਰਡ ਖੋਲੇ ਨਹੀਂ ਹੈਗੇ ਅੱਜ ਮੇਰੇ ਵੀਰ ਜਿਹੜੀ ਇਮੀਗ੍ਰੇਸ਼ਨ ਕਰਦੇ ਹੈਗੇ ਆ ਨਾਰਥ ਅਮਰੀਕਾ ਤੇ ਜਾਂਦੇ ਆ ਤੁਸੀਂ अलास्का ਤੋਂ ਆਪਣੀ ਗੱਦੀ ਲੱਡ ਕੇ ਕੈਨੇਡਾ ਚੋਂ ਕੱਢ ਕੇ ਅਮਰੀਕਾ ਕੱਢ ਕੇ ਪੂਰਾ ਤੁਸੀਂ ਮੈਕਸੀਕੋ ਦੇ ਬਿਲਕੁਲ ਥੱਲੇ ਜਾ ਕੇ ਸਾਊਥ ਅਮਰੀਕਾ 'ਚ ਜਾ ਕੇ ਲਾ ਸਕਦੇ ਹੋ ਕਿਉਂਕਿ ਉਹਨਾਂ ਨੇ ਨਾਰਥ ਅਮਰੀਕਾ ਫ੍ਰੀ ਟ੍ਰੇਡ ਐਸੋਸੀਏਸ਼ਨ ਖੋਲ੍ਹਿਆ ਹੋਇਆ ਇੱਕ ਪਾਸੇ ਤੋਂ ਦੂਜੇ ਪਾਸੇ ਕੌਂਟੀਨੈਂਟ ਤੇ ਲੈ ਕੇ ਜਾ ਸਕਦੇ ਹਾਂ ਪਰ ਸਾਊਥ ਏਸ਼ੀਅਨ ਫ੍ਰੀ ਟ੍ਰੇਡ ਐਗਰੀਮੈਂਟ ਅੱਜ ਤੱਕ ਲਾਗੂ ਨਹੀਂ ਹੋ ਰਹੀ ਪਾਰਲੀਮੈਂਟ ਨੇ ਜਿਹੜੇ ਕਾਰਜ ਕਰਨੇ ਸੀ ਅੱਜ ਇਸ ਸਰਕਾਰ ਛਾਤਰ ਨੇ ਉਹ ਸਾਰੇ ਕਾਰਜ ਜੁਡੀਸ਼ਰੀ ਦੇ سپਰਤ ਕਰ ਦਿੱਤੇ ਆ ਔਰ ਉਹਨੂੰ ਪਤਾ ਵੀ ਜੇ ਲੈ ਸੁਪਰੀਮ ਕੋਰਟ ਤੋਂ ਫੈਸਲਾ ਹੋ ਗਿਆ ਉਹ ਤੋਂ ਬਾਅਦ ਫਿਰ ਕੋਈ ਆਵਾਜ਼ ਬੋਲੀ ਵੀ ਜਾਵੇ ਉਹਦਾ ਕੋਈ ਮੋਲ ਨਹੀਂ ਰਹਿ ਜਾਂਦਾ ਪਰ ਅੱਜ ਦੇਖੋ ਕਿ ਜੇ ਬਾਬਰੀ ਮਸਜਿਦ ਦੀ ਗੱਲ ਕਰੀਏ ਇੱਕ ਦਿਨ ਪਹਿਲਾਂ ਦੂਏ ਦਿਨ ਨੈਕਸਟ ਡੇ ਜੱਜ ਰਿਟਾਇਰ ਹੋ ਜਾਂਦਾ ਉਹਨਾਂ ਦੇ ਵਿੱਚੋਂ ਇੱਕ ਇੱਕ ਦਿਨ ਪਹਿਲਾਂ ਫੈਸਲਾ ਕਰਕੇ ਉਹ ਜਿਹੜਾ ਸੁਪਰੀਮ ਕਰਨਾ ਸੀ ਪਾਰਲੀਮੈਂਟ ਨੇ ਜਾਂ ਇਤੋਂ ਦੀ ਐਗਜ਼ੀਕਟਿਵ ਨੇ ਉਹ ਸੁਪਰੀਮ ਕੋਰਟ ਤੋਂ ਆਰਾ چلا ਕੇ ਇੱਕ ਕਮਿਊਨਿਟੀ ਨੂੰ ਬਿਲਕੁਲ ਹੀ ਬਾਗ ਕਰ ਦਿੱਤਾ ਤੇ ਬਾਅਦ ਕਿਸਮ ਦੀ ਉਹਨਾਂ ਵਿੱਚ ਬੋਲਿਆ ਵੀ ਕੋਈ ਨਹੀਂ ਇਹ ਇਹਨਾਂ ਦੀ ਚਾਤਰ ਇੱਕ ਦਿਮਾਗ ਧਰਮ ਦੇ ਵਿੱਚ ਸਿੱਧੇ ਤੌਰ ਤੇ ਦਖਲਅੰਦਾਜ਼ੀ ਆ ਕਿ ਸਿੱਧਾ ਨਾ ਹਮਲਾ ਕਰੋ ਸੁਪਰੀਮ ਕੋਰਟ ਦੇ ਬਾਯਾ ਵਿੱਚੀ ਲਿਆ ਲਿਆ ਕਿ ਆਪਾਂ ਉਹ ਫੈਸਲਾ ਉਹਨਾਂ ਤੋਂ ਹੋਇਆ ਤੇ ਆਪਾਂ ਦੇਖਦੇ ਆਂ ਕਿ ਉਹਦਾ ਰਿਜ਼ਲਟ ਕੀ ਨਿਕਲਿਆ ਫਿਰ ਹੁਣ ਜਿਹੜੀ ਮੈਂ ਆਪਣੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਆ ਪਿੱਛੇ ਹਰਿਆਣਾ ਕਮੇਟੀ ਖੁਸ਼ੀ ਆ ਉਹ ਵੀ ਕਿਉਂਕਿ ਪਾਰਲੀਮੈਂਟ ਦਾ ਇੱਕ ਹੀ ਸਬਜੈਕਟ ਸੀ ਇਹਨਾਂ ਨੂੰ ਪਤਾ ਪਏ ਧਰਮ ਨੂੰ ਕਮਜ਼ੋਰ ਕਿੱਦਾਂ ਕਰਨਾ ਕਈ ਵਾਰੀ ਅਸੀਂ ਵੀ ਬੌਨੇ ਹੋ ਜਾਂਦੇ ਕਿਉਂਕਿ ਮੇਰੇ ਵਰਗੇ ਮੈਂ ਪਹਿਲਾਂ ਵੀ ਕਿਹਾ ਕਰਨੀ ਤਾਂ ਹੈ ਪੱਲੇ ਕੁਝ ਨਹੀਂ ਤੇ ਸੁਣੀਆਂ ਸੁਣਾਈਆਂ ਗੱਲਾਂ ਪਰ ਉਹਨਾਂ ਨੇ ਉਹਦੇ ਵਿੱਚ ਵੀ ਇੱਕ ਚਾਲ ਚੱਲੀ ਕਿ ਜਿਹੜਾ ਕਾਰਜ ਆਪ ਕਰਨਾ ਸੀ ਉਹ ਕਾਰਜ ਜੁਡੀਸ਼ਰੀ ਤੋਂ ਕਰਾ ਦਿੱਤਾ ਤੇ ਜੇ ਜੁਡੀਸ਼ਰੀ ਨੇ ਇਹ ਕਾਰਜ ਕਰਨਾ ਹੁੰਦਾ ਤੇ ਜਲੇ ਸਹਿਜ ਧਾਰੀ ਫੈਡਰੇਸ਼ਨ ਦੀ ਜਿਹੜੀ ਸਾਡੀ ਪਰਭਾਸ਼ਾ ਘੜੀ ਗਈ ਸੀ ਉਸ ਵੇਲੇ ਹਾਈ ਕੋਰਟ ਚ ਅਸੀਂ ਕੇਸ ਹਾਰ ਗਿਆ ਸ਼੍ਰੋਮਣੀ ਕਮੇਟੀ ਵੀ ਸਹਿਜ ਧਾਰੀ ਨੂੰ ਰਾਈਟ ਟੂ ਵੋਟ ਹੈਗਾ ਪਰ ਉਹਦੇ ਚ ਕੁਐਸਚਨ ਆਫ ਲਾਅ ਕੀ ਸੀਗਾ ਉਹ ਸੁਪਰੀਮ ਕੋਰਟ ਜਿੱਲੇ ਅਪੀਲ ਪਈ ਉਹ ਚ ਕੁਐਸਚਨ ਆਫ ਲਾਅ ਸੀ ਕਿ 22 ਨੋਟੀਫਿਕੇਸ਼ਨ ਇਹ ਸੈਂਟਰਲ ਗਵਰਨਮੈਂਟ ਕੋਈ ਨਈ ਐਕਟ ਬਣਾ ਸਕਦੀ ਇਹ ਪਹਿਲਾਂ 2/3 ਮੈਜੋਰਟੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਕਰੇ ਫਿਰ ਪਾਰਲੀਮੈਂਟ ਦੇ ਵਿੱਚ ਡਿਊਰਿੰਗ ਸੈਸ਼ਨ ਦੋ ਹਾਊਸ ਜਿਹੜਾ ਉਹਨੂੰ ਬਿੱਲ ਦਾ ਰੂਪ ਦੇਣ ਤੇ ਇਹੋ ਕਾਰਨ ਹੋਇਆ ਕਿ ਉਹ ਫਿਰ ਇਹਨਾਂ ਨੇ ਪਾਰਲੀਮੈਂਟ ਚ ਲਿਜਾ ਕੇ ਉਹਨੂੰ ਪਾਸ ਕੀਤਾ ਤੇ ਇਨਫਰਾਸਟ੍ਰਕਚਰਸ ਹੋ ਗਏ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸਾਡੀ ਪਟੀਸ਼ਨ ਚੱਲਦੀ ਸੀ ਹੁਣ ਇਸ ਵਾਰ ਵੀ ਇਹਨਾਂ ਨੂੰ ਪਤਾ ਸੀ ਕਿ ਇਹ ਸਾਰਾ ਕਾਰਜ ਤਾਂ ਪਾਰਲੀਮੈਂਟ ਨੇ ਕਰਨਾ ਪਰ ਇਹ ਦੇਖਦੇ ਸੀ ਬਦੁਖ ਦੀ ਰੱਗ ਕਿ ਸਿੱਖਾਂ ਦੇ ਵਿੱਚ ਕਿਵੇਂ ਪਾੜਾ ਵਧਾਇਆ ਜਾ ਸਕਦਾ ਪਾੜੇ ਤਾਂ ਸਾਡੇ ਪਹਿਲਾਂ ਹੀ ਬਹੁਤ ਹੈ ਇਹਨਾਂ ਨੇ ਉਸੇ ਤਰਜ਼ ਦੇ ਉੱਤੇ ਉਹਨੂੰ ਫਾਲੋ ਨਹੀਂ ਕੀਤਾ ਸੁਪਰੀਮ ਕੋਰਟ ਤੋਂ ਸਿੱਧਾ ਗੜਾਸਾ ਫੜਾਇਆ ਤੇ ਉਹ ਫੜਾਇਆ ਵੀ ਕਿਹਦੇ ਕੋਲੋਂ ਉਹ ਇੱਕ ਉਹਨਾਂ ਦਾ ਵਨ ਆਫ ਦਾ ਜੱਜ ਜਿਹੜਾ 13 ਦਿਨਾਂ ਦੇ ਬਾਅਦ ਰਿਟਾਇਰ ਹੋ ਗਿਆ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨ ਲਈ ਮੈਨੂੰ ਟੌਪਿਕ ਦਿੱਤਾ ਗਿਆ ਕਮੇਟੀ ਵੱਲੋਂ ਇਹ ਬਹੁਤ ਇੰਪੋਰਟੈਂਟ ਟੌਪਿਕ ਹੈ ਕਿਉਂਕਿ ਪਿਛਲੇ 42 ਸਾਲਾਂ ਤੋਂ ਪੰਜਾਬ ਆਪਣੀ ਫ੍ਰੀडम ਦੀ ਲੜਾਈ ਲੜ ਰਿਹਾ ਆਪਣੀ ਰਾਈਟ ਦੀ ਲੜਾਈ ਲੜ ਰਿਹਾ ਸੋ ਫ੍ਰੀडम ਸਟਰਗਲ ਦੀ ਜਿਹੜੀ ਬੇਸ ਹੈ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ ਸਵੈਰਣਨਯ ਦਾ ਹੱਕ ਹੈ ਔਰ ਇਹ ਸਵੈਰਣਨਯ ਦਾ ਹੱਕ ਅੰਡਰ ਯੂਨ ਚਾਟਰ ਹੈ 올 ਪੀਪਲ ਹੈਵ ਦੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹਰ ਲੋਕਾਂ ਨੂੰ ਹੱਕ ਹੈ ਤੇ ਫਿਰ ਉਹ ਲੋਕਾਂ ਨੂੰ ਵੀ ਅੱਗੋਂ ਡਿਫਾਈਨ ਕਰਦੇ ਨੇ ਕਿ ਕਿੰਨਾਂ ਨੂੰ ਹੱਕ ਹੈ ਜਿਨ੍ਹਾਂ ਦੀ ਕਾਮਨ ਹਿਸਟੋਰੀਕਲ ਟਰੈਡੀਸ਼ਨ ਹੋਵੇ ਜਿਹੜੇ ਇੱਕ ਖਿੱਤੇ 'ਚ ਰਹਿੰਦੇ ਹੋਣ ਇੱਕ ਖਾਸ ਖਿੱਤੇ ਦੇ ਵਿੱਚ ਰਹਿੰਦੇ ਹੋਣ ਉਹਨਾਂ ਦੀ ਕਾਮਨ ਹਿਸਟੋਰੀਕਲ ਟਰੈਡੀਸ਼ਨ ਹੋਵੇ ਉਹਨਾਂ ਦੀ ਐਥਨਿਕ ਆਈਡੈਂਟੀਟੀ ਇੱਕ ਹੋਵੇ ਉਹਨਾਂ ਦੀ ਕਲਚਰਲ ਹੋਮਗੈਨਿਟੀ ਹੋਵੇ ਲਿੰਗੁਇਸਟਿਕ ਯੂਨਿਟੀ ਹੋਵੇ ਬੋਲੀ ਇੱਕ ਹੋਵੇ ਰਿਲੀਜੀਅਨ ਔਰ ਆਈਡੀਓਲੋਜੀਕਲ ਐਫਿਨਿਟੀ ਹੋਵੇ ਟੈਰੀਟੋਰੀਅਲ ਕਨੈਕਸ਼ਨ ਹੋਵੇ ਇਹ ਜਿਹੜੇ ਲੋਕ ਇੱਕ ਖਿੱਤੇ ਦੇ ਵਿੱਚ ਜਦੋਂ ਰਹਿੰਦੇ ਨੇ ਇਕੱਠੇ ਤੇ ਉਹਨਾਂ ਲੋਕਾਂ ਦੇ ਸਮੂਹ ਨੂੰ ਵੀ ਇਹ ਹੱਕ ਹੈ ਕਿ ਉਹ ਆਪਣੇ ਸਵੈ ਨਿਰਦੇ ਹੱਕ ਦੇ ਲਈ ਲੜ ਸਕਦੇ ਨੇ ਮੰਗ ਸਕਦੇ ਨੇ ਔਰ ਗੱਲ ਦੇਖੋ ਯੂਨ ਦੇ ਵਿੱਚ ਵੀ ਪਈ ਹੈ ਔਰ ਯੂਨ ਚਾਰਟਰ ਕਹਿੰਦਾ ਹੈ ਇੰਡੀਆ ਨੇ ਸਾਈਨ ਕੀਤੇ ਨੇ ਇਸ ਤੇ ਇਸ ਡੈਕਲੇਰੇਸ਼ਨ ਤੇ ਪਰ ਕੁਝ ਰਿਜ਼ਰਵੇਸ਼ਨਸ ਦੇ ਨਾਲ ਅਸੀਂ ਜੀ 20 ਨੂੰ ਅੱਜ ਐਡਰੈਸ ਹੋ ਕੇ ਗੱਲਾਂ ਕਰ ਰਹੇ ਹਾਂ ਤੇ ਜੀ 20 ਨੂੰ ਜਦੋਂ ਐਡਰੈਸ ਉਹਦੇ ਵਿੱਚ ਦੋ ਮੁਲਕ ਨੇ ਜਿਹੜੇ ਆਪਣੇ ਆਪਣੇ ਪ੍ਰਾਂਤਾਂ ਨੂੰ ਲੋਕਾਂ ਨੂੰ ਇਹ ਰਾਈਟ ਦਿੰਦੇ ਨੇ ਹੁਣ ਉਹਨਾਂ ਦਾ ਉਦਾਹਰਣ ਸਾਡੇ ਸਾਹਮਣੇ ਆ ਅਸੀਂ ਜਦੋਂ ਬਾਕੀ ਕੰਟਰੀਸ ਦੇ ਨਾਲ ਵੀ ਗੱਲ ਕਰ ਰਹੇ ਹਾਂ ਜਾਂ ਉਹਨਾਂ ਨੂੰ ਸਾਡਾ ਉਹਨਾਂ ਦੇ ਕੋਲ ਕੀ ਕਲੇਮ ਬੰਦਾ ਜਾਂ ਕੀ ਇੱਕ ਹੋਪ ਬੰਦੀ ਹੈ ਤਾਂ ਜਦੋਂ ਯੂਨ ਦੇ ਅੰਡਰ ਕੰਮ ਕਰਨ ਵਾਲੇ ਸਾਰੇ ਜਿਹੜੇ ਯੂਨ ਦੀ ਅਗਵਾਈ ਹੇਠੇ 19 ਕੰਟਰੀਸ ਨੇ ਇੰਡੀਆ ਨੂੰ ਛੱਡ ਕੇ ਇਹ ਜਿਹੜੀਆਂ ਕੰਟਰੀਸ ਨੇ ਜਦੋਂ ਆਪਾਂ ਇਹਨਾਂ ਨੂੰ ਅਡਰੈਸ ਕਰ ਰਹੇ ਹਾਂ ਔਰ ਇਹਨਾਂ ਨੂੰ ਮੁਖਾਤਬ ਹੋ ਕੇ ਗੱਲ ਕਰ ਰਹੇ ਹਾਂ ਤੇ ਸਾਡਾ ਇਹਨਾਂ ਨੂੰ ਪਹਿਲੀ ਗੱਲ ਤੇ ਪੁੱਛਣਾ ਬੰਦਾ ਹੈ ਕਿ ਜਦੋਂ ਇੰਡੀਆ ਨੇ ਔਰ ਬਾਕੀ ਕੰਟਰੀਜ਼ ਨੇ ਇਸ ਡੈਕਲੇਰੇਸ਼ਨ ਨੂੰ ਅਡਾਪਟ ਕੀਤਾ ਤੇ ਕੀ ਇਹਨਾਂ ਦਾ ਇਹ ਰਾਈਟ ਨਹੀਂ ਬੰਦਾ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਸਾਂਝੀ ਜ਼ਿੰਮੇਵਾਰੀ ਨਹੀਂ ਹੈ ਕਿ ਇੰਡੀਆ ਨੂੰ ਇਸ ਗੱਲ ਲਈ ਇਮਪ੍ਰੈਸ ਕੀਤਾ ਜਾਵੇ ਪ੍ਰੈਸ ਕੀਤਾ ਜਾਵੇ ਕਿ ਇਹ ਜਿਹੜਾ ਰਾਈਟ ਹੈ ਜਿਹੜੇ ਪੈਰੀਫੇਰੀਅਲ ਸਟੇਟਸ ਦੇ ਲੋਕ ਮੰਗ ਰਹੇ ਨੇ ਉਹਨਾਂ ਨੂੰ ਦਿੱਤਾ ਜਾਵੇ ਤੇ ਜੇ ਇੰਡੀਆ ਨਹੀਂ ਦਿੰਦਾ ਸਟੱਬਨ ਹੈ ਅੜਿਆ ਅੜੀयल ਹੈ ਤੇ ਫਿਰ ਯੂਨ ਦਾ ਤੇ ਇਨਾਂ ਮੁਲਕਾਂ ਦਾ ਕੀ ਰੋਲ ਬੰਦਾ ਹੈ ਕਿ ਜਿਹੜੇ ਲੋਕ ਇਸ ਚੀਜ਼ ਦੀ ਮੰਗ ਕਰ ਰਹੇ ਨੇ ਉਹਨਾਂ ਨੂੰ ਇਹ ਹੱਕ ਕਿਵੇਂ ਪ੍ਰਾਪਤ ਹੋਵੇ ਧਰਮ ਜਿਹੜਾ ਹੈ ਉਹ ਮਨੁੱਖ ਦਾ ਆਪਣਾ ਕੁਦਰਤੀ ਰਾਖਾ ਹੱਕ ਹੈ ਉਹਦੀ ਆਤਮਾ ਦੀ ਮਰਜ਼ੀ ਹੈ ਕਿਉਂ ਨਹੀਂ ਪ੍ਰਮਾਤਮਾ ਨੂੰ ਕਿਵੇਂ ਮੰਨਣਾ ਹੈ ਕਿਵੇਂ ਦੇਖਣਾ ਹੈ ਕਿਵੇਂ ਉਹਨੂੰ ਸਮਝਣਾ ਹੈ ਇਹ ਇੱਕ ਬਹੁਤ ਜਜ਼ਬਾਤੀ ਤੇ ਸੂਖਮ ਕਿਸਮ ਦਾ ਮਸਲਾ ਹੈ ਜਦੋਂ ਇਹਦੇ ਵਿੱਚ ਕੋਈ ਸਰਕਾਰ ਕੋਈ ਸਟੇਟ ਕੋਈ ਮਨੁੱਖ ਸਿਰਦੇਗਾ ਸਿੱਧੇ ਰੂਪ ਦੇ ਵਿੱਚ ਦਖਲ ਦੇਣ ਦਾ ਯਤਨ ਕਰਦਾ ਹੈ ਤਾਂ ਧਰਮ ਨੂੰ ਮੰਨਣ ਵਾਲਾ ਮਨੁੱਖ ਜਿਹੜਾ ਉਹਨੂੰ ਕਿਤੇ ਨਾ ਕਿਤੇ ਦੀ ਚੀਜ਼ ਮਹਿਸੂਸ ਹੁੰਦੀ ਹੈ ਸਾਡੇ ਨਾਲ ਇਹੋ ਜਿਹਾ ਵਰਤਾਰਾ ਜਿਹੜਾ ਉਹ ਆਜ਼ਾਦ ਭਾਰਤ ਦੀ ਧਰਤੀ ਤੇ ਲਗਾਤਾਰ ਹੀ ਹੁੰਦਾ ਆ ਰਿਹਾ ਹੈ ਪਾਲਿਸੀ ਜਿਹੜੀ ਸਟੂਡੈਂਟਸ ਦੇ ਖਿਲਾਫ ਆਈ ਹੈ ਉਹ ਹੋਵੇ ਉਹ ਲਗਾਤਾਰ ਪੂੰਜੀਪਤੀਆਂ ਦੇ ਹਿੱਤਾਂ ਦੇ ਵਿੱਚ ਆ ਉਹਦੇ ਵਿੱਚ ਦਲਾਲ ਪੂੰਜੀਪਤੀ ਸਰਕਾਰ ਤੇ ਸੰਮਤੀ ਲੋਕਾਂ ਦੀ ਜਿਹੜੀ ਹਿੱਤਾਂ ਦੇ ਵਿੱਚ ਕਾਨੂੰਨ ਬਣਦੇ ਆ ਪਰ ਅਜੇ ਤੱਕ ਮਜ਼ਦੂਰਾਂ ਦੇ ਹੱਕਾਂ ਵਿੱਚ ਕਿਸਾਨਾਂ ਦੇ ਹੱਕਾਂ ਵਿੱਚ ਕੋਈ ਕਾਨੂੰਨ ਬਣੇ ਨਹੀਂ ਹੈਗੇ ਤੇ ਲੇਬਰ ਕੋਡ ਦੇ ਵਿੱਚ ਜੇਕਰ ਆਪਾਂ ਹੋਰ ਗੱਲ ਕਰੀਏ ਲੇਬਰ ਕੋਡ ਦੇ ਵਿੱਚ ਕੀ ਹੈ ਕਿ ਪਹਿਲਾਂ ਸੁਰੱਖਿਆ ਥੋੜੀ ਬਹੁਤ ਹੁੰਦੀ ਸੀ ਮਜ਼ਦੂਰਾ ਨੂੰ ਮਨ ਲਓ ਤੁਸੀਂ ਕਿਸੇ ਕੰਪਨੀ ਦੇ ਵਿੱਚ ਦਾ ਕਿਸੇ ਵੀ ਜਗ੍ਹਾ ਤੇ ਕੰਮ ਕਰ ਰਹੇ ਹੋ ਤੁਹਾਡੇ ਤੇ ਕੋਈ ਦਿੱਕਤ ਆਉਂਦੀ ਹੱਥ ਪੈਰ ਕੱਟ ਦਿੰਦਾ ਮੌਤ ਹੋ ਜਾਂਦੀ ਆ ਤਾਂ ਤੁਹਾਨੂੰ ਕੋ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਆ ਪਰ ਹੁਣ ਦੇ ਲੇਬਰ ਕੋਰਡ ਦੇ ਵਿੱਚ ਇਹ ਆ ਕਿ ਤੁਹਾਡਾ ਹੱਥ ਪੈਰ ਕੱਟ ਜਾਂਦਾ ਹੈ ਤੁਹਾਡੀ ਮੌਤ ਹੋ ਜਾਂਦੀ ਹੈ ਤੁਹਾਡਾ ਉਲਟਾ ਤੁਹਾਡੇ ਤੇ ਕਾਰਵਾਈ ਕੀਤੀ ਜਾਊਗੀ ਥੋੜਾ ਬਹੁਤ ਨੁਕਸਾਨ ਨਹੀਂ ਹੁੰਦਾ ਤੁਹਾਨੂੰ 6 ਮਹੀਨੇ ਦੀ ਸਜ਼ਾ ਤੱਕ ਦਿੱਤੀ ਜਾ ਸਕਦੀ ਆ ਤੇ ਇਹਦੇ ਵਿੱਚ ਵੀ ਇੰਨਾ ਉਤਪਾਦਨ ਕਰਨ ਵਾਲੇ ਮਜ਼ਦੂਰਾਂ ਦੇ ਉੱਪਰ ਇੰਨਾ ਸੱਦਤ ਕੀਤਾ ਜਾ ਰਿਹਾ ਹੈ ਤੁਹਾਨੂੰ ਕਦੋਂ ਵੀ ਨੌਕਰੀ ਤੋਂ ਕੱਢਿਆ ਜਾ ਸਕਦਾ ਤੁਹਾਡੀ ਕੋਈ ਸੁਰੱਖਿਆ ਦੀ ਗਰੰਟੀ ਨਹੀਂ ਹੈਗੀ ਇਹ ਜਿਹੇ ਲਗਾਤਾਰ ਜਿਹੜੇ ਕਾਨੂੰਨ ਆ ਮਜ਼ਦੂਰਾਂ ਦੇ ਖਿਲਾਫ ਲੈ ਕੇ ਆਏ ਜਾ ਰਹੇ ਆ ਤੇ ਸਭ ਤੋਂ ਵੱਡਾ ਹਮਲਾ ਉਹਨਾਂ ਦਾ ਹੈਗਾ ਉਹਨਾਂ ਦੇ ਯੂਨੀਅਨ ਬਣਾਉਣ ਤੇ ਅਧਿਕਾਰ ਤੋਂ ਉਹਨਾਂ ਨੂੰ ਵੰਚਿਤ ਕਰ ਦਿੱਤਾ ਗਿਆ ਹੈਗਾ ਕਿਸਾਨ ਵੀ ਯੂਨੀਅਨ ਬਣਾ ਸਕਦੇ ਆ ਮਹਿਲਾਵਾਂ ਜਿਹੜੀਆਂ ਬਣਾ ਸਕਦੇ ਸਟੂਡੈਂਟ ਵੀ ਯੂਨੀਅਨ ਬਣਾ ਸਕਦੇ ਆ ਪਰ ਮਜ਼ਦੂਰ ਯੂਨੀਅਨ ਨਹੀਂ ਬਣਾ ਸਕਦਾ ਕਿਉਂਕਿ ਮਜ਼ਦੂਰ ਦੁਨੀਆ ਦਾ ਸਭ ਤੋਂ ਤਾਕਤਵਰ ਤਰਕਾ ਹੁੰਦਾ ਹੈ ਤੇ ਨੇਸ਼ਨ ਦੇ ਯਸਮਨ ਅੱਜ ਪੈਦਾ ਕੀਤੇ ਜਾ ਰਹੇ ਐ ਨੈਸ਼ਨਲਿਸਟਸ ਪੈਦਾ ਕੀਤੇ ਜਾ ਰਹੇ ਐ ਤੇ ਜੇ ਮੈਂ ਕਹਾਂ ਕਿ এডੂਕੇਸ਼ਨ ਦਾ ਜਿਹੜਾ ਅੱਜ ਭਗਵਾ ਕਰਨ ਜਿਹੜਾ ਐ ਉਹ ਹੁੰਦਾ ਅੱਜ ਨਜ਼ਰ ਆ ਰਿਹਾ ਐ ਵੀਰ ਜੀ ਨੇ ਪਹਿਲਾਂ ਆਪ ਜੀ ਨੂੰ ਬ੍ਰੀਫ ਬ੍ਰੀਫ ਕੀਤਾ ਐ ਕਿ এডੂਕੇਸ਼ਨ ਨੇ ਸਾਡਾ ਇੱਕ ਮੋਰਲ ਸੈੱਟ ਕਰਨਾ ਹੁੰਦਾ ਐ ਆਪਣੀ ਜੀਵਨ ਨੂੰ ਬਤੀਤ ਕਰਨ ਦੇ ਲਈ ਇੱਕ ਸਹੀ ਸੇਧ ਦੇਣੀ ਹੁੰਦੀ ਐ ਜੋ ਸਾਡੀ ਸੋਸਾਇਟੀ ਨੂੰ ਸਾਡੀ ਸੇਵਾ ਜਾਣੀ ਆ ਤਾਂ ਉਮਰ 20 ਸਾਲ ਹੀ ਹੋ ਗਏ ਬੰਦੀ ਸਿੰਘਾਂ ਦੀ ਜਿਹੜੀ ਆ ਪੈਦਵਾਈ ਕਰਦੇ ਆ ਜਾਂ ਗੱਲ ਕਰਦੇ ਆ ਇੰਨੇ ਮੋਰਚੇ ਧਰਨੇ ਮੁਜ਼ਾਹਰੇ ਹੁੰਦੇ ਆ ਤੇ ਉਹਦੇ ਵਿੱਚ ਕੋਈ ਸਫਲਤਾਵਾਂ ਵੀ ਮਿਲਦੀਆਂ ਅੰਸ਼ਕ ਰੂਪ ਦੇ ਵਿੱਚ ਪਰ ਸਟੇਟ ਵੱਲੋਂ ਪੋਲੀਟੀਕਲ ਡਿਸੀਜਨ ਲੈ ਕੇ ਉਹਦਾ ਕੋਈ ਵੀ ਜਿਹੜਾ ਹੱਲ ਨਹੀਂ ਕੱਢਿਆ ਜਾਂਦਾ ਉਹ ਇੱਕ ਸੈਟਅਪ ਦੇ ਵਿੱਚ ਹੀ ਜਿਹੜੀਆਂ ਹੁੰਦੀਆਂ ਹੈਗੀਆਂ ਸੋ ਉਹਨਾਂ ਦੇ ਜਿਹੜੇ ਪੁਲਿਸ ਵਾਲਿਆਂ ਦੇ ਪਰਿਵਾਰ ਆ ਮੈਂ ਕਦੀ ਨਹੀਂ ਦੇਖਿਆ ਵੀ ਕਿਸੇ ਨੇ ਕੋਈ 10 ਰੁਪਏ ਖਰਚ ਕੇ ਕੋਈ ਪ੍ਰੈਸ ਕਾਨਫਰੰਸ ਹੀ ਕੀਤੀ ਹੋਵੇ ਵੀ ਸਾਡੇ ਬੰਦਿਆਂ ਨੂੰ ਬੜਾ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਸਾਲ ਡੇਢ ਸਾਲ ਬਾਅਦ ਵੀ ਉਹ ਸਾਲ ਡੇਢ ਸਾਲ ਵੀ ਉਹ ਜਿਹੜਾ ਉਹਨਾਂ ਨੇ ਪਰੋਲਾਂ ਦੇ ਵਿੱਚ ਹੀ ਕੱਟਿਆ ਹੁੰਦਾ ਉਹਨਾਂ ਨੂੰ ਸੁਪਰਡੈਂਟ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਪਰੋਲਾਂ ਦੇ ਕੇ ਛੱਡਿਆ ਜਾਂਦਾ 19-19 ਮਹੀਨੇ ਬਾਅਦ ਵੀ ਉਮਰ ਕੈਦੀ ਪੁਲਸ ਵਾਲਿਆਂ ਨੂੰ ਜਿਹੜੇ ਉਹਨਾਂ ਦੇ ਇਹਦੇ ਹਾਈ ਦੇ ਨਕਸ਼ੇ ਇਹ ਰਿਲੇਵੈਂਟ ਟੂ ਪੀ ਸਰਕਾਰ ਕੇ ਦੀ ਆ ਬਾਦਲ ਦੀ ਆ ਕਾਂਗਰਸ ਦੀ ਆ ਆਮ ਆਦਮੀ ਦੀ ਆ ਖਾਸ ਪਾਰਟੀ ਦੀ ਆ ਕਿਸੇ ਦਾ ਕੋਈ ਸਬੰਧ ਨਹੀਂ ਜਿੱਥੋਂ ਅਸੀਂ ਇਹ ਗੱਲ ਕਰਦੇ ਹਾਂ ਉੱਥੇ ਸਿਸਟਮ ਦੀ ਗੱਲ ਆ ਦਿੱਲੀ ਦਰਬਾਰ ਦੀ ਗੱਲ ਹੈਗੀ ਆ ਉਹ ਆਪਣੇ ਕਰਿੰਦਿਆਂ ਨੂੰ ਇੰਨੀਆਂ ਮਸ਼ਕਤਾਂ ਦੇ ਨਾਲ ਕਰਾਈਆਂ ਹੋਈਆਂ ਸਜਾਵਾਂ ਨੂੰ ਵੀ ਉਹ ਸਾਲ 1.5 ਸਾਲ ਬਾਅਦ ਉਹਨਾਂ ਨੂੰ ਰਿਹਾਇਆਂ ਦੇ ਉਹਨਾਂ ਦੇ ਨਕਸ਼ੇ ਤੋੜ ਕੇ ਉਹਨਾਂ ਨੂੰ 2-4 ਸਾਲ ਬਾਅਦ ਰਿਹਾਇਈ ਦੇ ਦਿੰਦੀ ਹੈ ਉਹਨਾਂ ਦੀ ਸਾਡੇ ਬਾਦੀ ਕਹਿ ਦਿੰਦੇ ਜੀ ਨਹੀਂ ਇਹਨਾਂ ਦੀ ਅਪੀਲ ਪੈਂਡਿੰਗ ਆ ਜੀ ਇਹਨਾਂ ਦੀ ਅਜੇ ਸੁਪਰੀਮ ਕੋਰਟ ਪੈਂਡਿੰਗ ਆ ਹਾਈ ਕੋਰਟ ਪੈਂਡਿੰਗ ਆ ਸੋ ਇਹ ਬੜੀ ਵੱਡੀ ਐਫਰਟ ਹੈਗੀ ਹੈ ਦਲ ਖਾਲਸੇ ਦੀ ਜਿੱਥੇ ਇੰਡੀਅਨ ਸਟੇਟ ਇਸ ਲਈ ਟਾਪ ਨੇਸ਼ਨਸ ਨੂੰ ਇੱਕ ਆਪ ਦਾ ਨੈਰੇਟਿਵ ਦੱਸਣਾ ਚਾਹੁੰਦੀ ਹੈ ਉਹਦੇ ਪੈਰਲਲ ਸਾਡੇ ਸਿੱਖਿਆ ਦੇ ਇੱਥੇ ਕੀ ਹਾਲਾਤ ਹੈਗੇ ਨੇ ਅਸੀਂ ਉਹ ਸ਼ੀਸ਼ਾ ਦਿਖਾਉਣ ਦੀ ਇਸ ਸੈਮੀਨਾਰ ਰਾਹੀਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਅਕੂਪਾਈਡ ਖਾਲਸਾ ਰਾਜ ਦੀ ਆਜ਼ਾਦੀ ਲਈ ਜਿਹੜੇ ਬੰਦੇ ਸਾਡੇ ਅੰਦਰ ਜਾ ਰਹੇ ਨੇ ਉਹ ਪ੍ਰिजनਰ ਆਫ ਵਾਰ ਹੈਗੇ ਨੇ ਤੇ ਇਹ ਅਸੀਂ ਜੀ 20 ਦੇ ਨੁਮਾਇੰਦਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ ਯੂਐਨ ਦਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਜਿਹੜੇ ਪ੍ਰिजनਰ ਆਫ ਵਾਰਸ ਨੇ ਉਹਨਾਂ ਨੂੰ ਫਾਂਸੀ ਨਹੀਂ ਹੋ ਸਕਦੀ ਇਥੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਕਿਉਂਕਿ ਜਰਮਨੀ ਵੀ ਅੱਜ ਇਹਦੇ ਵਿੱਚ ਸ਼੍ਰੀਕ ਹੈਗਾ ਜਰਮਨ ਤੋਂ ਲੈ ਕੇ ਆਏ ਸੀ ਉਹਨਾਂ ਜੇ ਤੋ ਐਕਸਟਰਡੀਸ਼ਨ ਦੇ ਵਿੱਚ ਲੈ ਕੇ ਆਏ ਨੇ ਇਹਨਾਂ ਨੇ ਕਿਹਾ ਕਿ ਉਹਨੂੰ ਫਾਂਸੀ ਨਹੀਂ ਕਰਾਂਗੇ ਉਹਦੇ ਬਾਵਜੂਦ ਵੀ ਅਜੇ ਤੱਕ ਇਹਨਾਂ ਨੇ ਉਹ ਫਾਂਸੀ ਕੀਤੀ ਹੈ ਕਿ ਜਿਹੜੇ ਸਾਡੇ ਦੋ ਬੰਦੇ ਨੇ ਭਾਈ ਬਲਵੰਤ ਸਿੰਘ ਰਾਜਵਾਨ ਹੈ ਭਾਈ ਜਗਤਾਰ ਸਿੰਘ ਹਵਾਰਾ ਹੈ ਉਹਨਾਂ ਦੀ ਜਿਹੜੀ ਡੈਥ ਸੈਂਟੈਂਸ ਹੈਗੀ ਹੈ ਯੂਐਨ ਨੂੰ ਇੰਟਰਵਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਜੀ20 ਬਹੁਤ ਪਾਵਰਫੁਲ ਲੌਬੀ ਹੈ ਇੰਡੀਆ ਤੇ ਇਹਨਾਂ ਦਾ ਬਹੁਤ ਪ੍ਰਭਾਵ ਹੈਗਾ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅੱਜ ਇਹਨਾਂ ਨੂੰ ਇਥੇ ਹਿੰਦੁਸਤਾਨ ਦੇ ਆਲ ਦੌਰਾ ਕਰਕੇ ਇੱਕ ਪੰਜਾਬ ਦੀ ਪਰਸਨਲ ਵਿਜ਼ਿਟ ਵੀ ਕਰਨੀ ਚਾਹੀਦੀ ਹੈ ਜੋ ਇੰਡੀਅਨ ਸਟੇਟ ਅਜ ਜੀ20 ਨੇਸ਼ਨਸ ਨੂੰ ਦਿਖਾਉਣਾ ਚਾਹੁੰਦੀ ਹੈ ਹਾਲਾਤ ਉਵੇਂ ਨਹੀਂ ਹੈਗੇ ਜੋ ਸਿੱਖਿਆ ਪ੍ਰਬੰਧ ਆ ਅੱਜ ਸਾਡੇ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਅਸੀਂ ਗੱਲ ਕਰ ਰਹੇ ਆ ਜਦੋਂ ਆਨਲਾਈਨ ਸਿੱਖਿਆ ਦੀ ਗੱਲ ਹੋ ਰਹੀ ਆ ਤੇ ਸਰਕਾਰ ਦੇ ਇੱਕ ਹੁਕਮ ਦੇ ਨਾਲ ਇੰਟਰਨੈਟ ਬੰਦ ਕਰ ਦਿੱਤਾ ਜਾਂਦਾ ਤੇ ਅਸੀਂ ਉਸ ਇਨਜਾਮ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਪੜ ਰਹੇ ਆ ਜਾਂ ਜੂਝ ਰਹੇ ਆ ਜਿਹਦੇ ਕੋਲ ਪੱਛਮ ਦਾ ਐਜੂਕੇਸ਼ਨ ਸਿਸਟਮ ਆ ਜਿਹਦੇ ਰਾਈ ਬਹੁਤ ਥੋੜੀ ਗਿਣਤੀ ਬਹੁਤ ਵੱਡੀ ਗਿਣਤੀ ਨੂੰ ਕਾਬੂ ਕਰ ਸਕਦੀ ਹੈ ਤੇ এডਿਕੇਸ਼ਨ ਸਿਸਟਮ ਉਹਨਾਂ ਲੋਕਾਂ ਦੇ ਹੱਥਾਂ ਆ ਗਿਆ ਜਿਹੜੇ ਬਾਹੂ ਗਲਤੀ ਦੇ ਸਿਰ ਤੇ ਰਾਜ ਕਰ ਰਹੇ ਨੇ ਤਾਂ ਸਾਡੇ ਵਾਸਤੇ ਇਹ ਡਬਲ ਖਤਰਨਾਕ ਸਿਚੁਏਸ਼ਨ ਹੈ ਬਹੁਤ ਵੱਡਾ ਟੂਲ ਆ ਜਿਹੜਾ ਅੱਜ ਇੰਡੀਅਨ ਸਟੇਟ ਕੋਲ ਆ ਤਾਂ ਅੱਜ ਜੇ ਸਿੱਖਾਂ ਦੇ ਸਿੱਖਿਆ ਸੰਸਥਾਨ ਚੱਲ ਰਹੇ ਨੇ ਪਰ ਉਹ ਕਿਦੇ ਗਲਬੇ ਹੇਠ ਨੇ UGC ਸਿਲੇਬਸ ਤੈਅ ਕਰਦੀ ਸਕੂਲ ਵਾਲਾ ਸਿਲੇਬਸ NCERT ਤੈਅ ਕਰ ਰਹੀ ਆ ਤਾਂ ਇਹ ਇੱਕ ਬਹੁਤ ਜ਼ਿਆਦਾ ਖਤਰਨਾਕ ਸਿਚੁਏਸ਼ਨ ਆ ਉਹ ਸਟੇਟ ਜਿਹੜੀ ਤੁਹਾਡੀ ਨਸਲ ਕੁਸ਼ੀ ਦੇ ਉੱਪਰ ਉਤਾਰੂ ਹੋਵੇ ਉਹ ਤੁਹਾਡਾ ਸਿਲੇਬਸ ਡਿਫਾਈਨ ਕਰੇ ਤਾਂ ਮੈਨੂੰ ਲੱਗਦਾ ਨਹੀਂ ਕਿ ਉਹਦੇ ਵਿੱਚ ਸਰਵਾਈਵਲ ਦੇ ਕੋਈ ਚਾਂਸ ਰਹਿ ਜਾਂਦੇ ਆ ਤਾਂ ਸਿੱਖਾਂ ਨੂੰ ਆਪਣਾ ਇੰਟਰਨੈਸ਼ਨਲ ਪੱਧਰ ਤੇ ਕਮਾਂਤਰੀ ਪੱਧਰ ਦੇ ਉੱਪਰ ਵਿਚਾਰ ਕਰਕੇ ਇੱਕ ਕਰਿਕੂਲਮ ਤਿਆਰ ਕਰਕੇ ਉਹਨੂੰ ਮਾਨਤਾ ਦੇਉਣ ਵਾਲੇ ਪਾਸੇ ਸਟਰਗਲ ਜਿਹੜਾ ਹੈ ਤੋੜਨਾ ਚਾਹੀਦਾ ਆ ਭਾਰਤੀ ਸਟੇਟ ਦੀਆਂ ਨੀਤੀਆਂ ਦਾ ਅਸਰ ਕੀ ਹੈ ਉਹ ਜਗਜाहਰ ਹੈ ਵੀ ਜਿਹੜਾ ਕਿਰਤੀ ਕਿਸਾਨ ਹੈ ਜਿਹੜਾ ਵੱਡੇ ਮジョਰਿਟੀ ਵਾਲਾ ਉਹ ਅੱਜ ਖੁਦਕਸ਼ੀਆਂ ਕਰ ਰਿਹਾ ਤੇ ਜਿਹੜੇ ਉਹਦੀ ਰੋਜੀ ਦਾ ਸਾਧਨ ਜ਼ਮੀਨ ਆ ਦੋ ਚਾਰ ਕਿੱਲੇ ਛੋਟੇ ਕਿਸਾਨੀ ਆ ਜਿਹੜੀ ਉਹ ਕਰਜ਼ੇ ਕਾਰਨ ਬੈਂਕਾਂ ਦੇ ਕਰਜ਼ੇ ਕਾਰਨ ਹੋਰ ਪ੍ਰਾਈਵੇਟਾਂ ਦੇ ਕਰਜ਼ੇ ਕਾਰਨ ਉਹਨਾਂ ਦੇ ਹੱਥਾਂ ਚੋਂ ਦਿਨੋ-ਦਿਨ ਕਿਰਤੀ ਜਾ ਰਹੀ ਹੈ ਤੇ ਭਾਰਤ ਡਬਲਯੂਟੀ ਉਹਦਾ ਅੰਗ ਵੜਿਆ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਹਕੂਮਤਾਂ ਆਈਆਂ ਭਾਵੇਂ ਨਰ ਨਰਸਮਰಾವ್ ਵਾਲੀ ਸੀਗੀ ਭਾਵੇਂ ਮਨਮੋਹਨ ਸਿੰਘ ਵਾਲੀ ਸੀ ਭਾਵੇਂ ਉਸ ਤੋਂ ਬਾਅਦ ਇਹ ਮੋਦੀ ਵਾਲੀ ਆ ਗਈ ਉਹਨਾਂ ਨੇ ਡਬਲਯੂਟੀ ਉਹਦੇ ਤਹਿਤ ਸਾਰੀਆਂ ਪਾਲਿਸੀਆਂ ਉਹਨਾਂ ਲਈ ਲੁੱਟਦਾ ਰਾਹ ਪਤਰਾ ਕਰਦੀ ਖਾਤਰ ਲੈ ਕੇ ਆਏ ਨੇ ਉਹ ਵੀ ਇੱਕ ਤਾਂ 20 ਦੇਸ਼ਾਂ ਦੇ ਲੋਕ ਨੇ ਇੱਕ 20 ਦੇਸ਼ਾਂ ਦੀਆਂ ਹਕੂਮਤਾਂ ਨੇ ਹਕੂਮਤਾਂ ਤਾਂ ਸਾਡੀ ਜੀ ਬਰਬਾਦੀ ਦਾ ਆਪ ਕਾਰਨ ਹੈ ਉਹਨਾਂ ਦੇਸ਼ਾਂ ਦੀਆਂ ਵੀ ਜਦੋਂ ਅਸੀਂ ਦਿੱਲੀ ਵਾਲਾ ਆਪ ਸਾਰੇ ਨੇ ਰਲ ਕੇ ਅੰਦੋਲਨ ਲੜਿਆ ਕੱਲਾ ਆਪਾਂ ਮੈਚ ਹੀ ਨਹੀਂ ਦੇਖਿਆ ਦਿੱਲੀ ਵਾਲੇ ਅੰਦੋਲਨ ਕਿਸਾਨ ਅੰਦੋਲਨ ਦਾ ਆਪਾਂ ਹੱਡੀ ਵੀ ਹੰਡਾਇਆ ਉਹਨੂੰ ਸਾਰੇ ਗੱਸੇ ਨੂੰ ਉਦੋਂ ਇਹ ਜਿਹੜੀਆਂ ਉਹ ਤਿੰਨੇ ਕਾਨੂੰਨ ਸੀਗੇ ਜਿਹੜੀ ਸਾਰੀ ਪੈਦਾਵਾਰ ਨੂੰ ਮਨਪਲੀ ਕਾਇਮ ਕਰਦੇ ਸੀਗੇ ਵੀ ਜਿਹੜੀ ਜਿੰਨੀ ਮਰਜ਼ੀ ਕੋਈ ਭੰਡਾਰ ਕਰ ਲੈ ਕੋਈ ਸਾਰੀ ਖੇਤੀ ਦਾ ਜਿਹੜਾ ਸੀਗਾ ਮੰਡੇ ਕਰ ਖਤਮ ਕਰਕੇ ਸਾਰਾ ਪ੍ਰਾਈਵੇਟਾਂ ਦੇ ਸੱਟਣ ਵਾਲਾ ਸੀਗਾ ਚਲੋ ਤੇਨੇ ਕਾਨੂੰਨਾਂ ਦੀ ਵਿਆਖਿਆ ਪਹਿਲਾਂ ਹੀ ਹੋਈ ਹੈ ਤਾਂ ਸਾਰੀਆਂ ਦੇਸ਼ਾਂ ਦੇ ਲੋਕਾਂ ਨੇ ਤਾਂ ਸਾਨੂੰ ਵੱਡੀ ਗਿਣਤੀ ਲੋਕਾਂ ਨੇ ਸਾਨੂੰ ਸਪੋਰਟ ਕੀਤੀ ਹੈ ਪਰ ਉਥ ਦੀਆਂ ਹਕੂਮਤਾਂ ਨੇ ਇਹਨੂੰ ਸਲਾਹਿਆ ਇਸ ਸੱਤਾ ਦੇ ਤੈਅ ਕੀਤੇ ਦਾਇਰਿਆਂ ਤੋਂ ਬਾਹਰ ਜਿਹੜਾ ਕੋਈ ਪੋਲਿਟੀਕਲ ਆਈਡੀਆ ਬੋਲ ਰਿਹਾ ਉਹਨੂੰ ਕੁਚਲਣ ਦੀ ਖਾਤਰ ਪੂਰੀ ਸਟੇਟ ਜਿਹੜੀ ਡੈਮੋਕਰੈਟਿਕ ਹੋਣ ਦਾ ਦਾਵਾ ਕਰਦੀ ਹੈ ਦੁਨੀਆ ਦੀ ਲਾਰਜੈਸਟ ਡੈਮੋਕਰੇਸੀ ਹੁਣ ਦਾ ਕਲੇਮ ਆ ਜਿਹਦਾ ਉਹ ਕਿਵੇਂ ਇੱਕ ਦਿਨ ਦੇ ਵਿੱਚ ਹੀ ਇੱਕ ਪੁਲਿਸ ਸਟੇਟ ਦੇ ਵਿੱਚ ਬਦਲ ਜਾਂਦੀ ਹੈ ਤਾਂ ਉਹ ਪੁਲਿਸ ਸਟੇਟ ਦਾ ਜਿਹੜਾ ਉਹਦਾ ਤੌਰ ਤਰੀਕਾ ਉਹ ਭਾਰਤੀ ਨਿਜਾਮ ਨੂੰ ਇਹਦੇ ਵਸਤੀਵਾਦੀ ਦੌਰ ਤੋਂ ਮਿਲਿਆ ਹੋਇਆ ਤੇ ਉਸੇ ਦੀ ਹੀ ਲਗਾਤਾਰਤਾ ਗਈ ਤੇ ਜਦੋਂ ਅੱਜ ਅਸੀਂ ਪੰਜਾਬ ਦੀ ਵਸਤੀਵਾਦੀ ਲੁੱਟ ਦੀ ਗੱਲ ਕਰਦੇ ਆ ਕਿ तमाम ਅਲੱਗ-ਅਲੱਗ ਵਰਗ ਨੇ ਇੱਥੇ ਪੰਜਾਬ 'ਚ ਪਿਛਲੇ ਲੰਬੇ ਸਮੇਂ ਤੋਂ ਜੋ ਸੰਘਰਸ਼ ਕਰ ਰਹੇ ਨੇ ਤੋ ਜਿਹੜੇ ਸੰਘਰਸ਼ ਪੰਜਾਬ ਚੋਂ ਨਿਕਲ ਰਹੇ ਨੇ ਧਰਨਿਆਂ ਦੇ ਰੂਪ ਚ ਮੋਰਚਿਆਂ ਦੇ ਰੂਪ ਦੇ ਵਿੱਚ ਜੇ ਆਪਾਂ ਉਹਦੇ ਬੈਕਗ੍ਰਾਉਂਡ ਤੇ ਜਾਈਏ ਤਾਂ ਉਹ ਇਸ ਵਸਤੀਵਾਦੀ ਜਿਹੜੀ ਲੁੱਟ ਹੈ ਜਿਹੜੀ 47 ਤੋਂ ਬਾਅਦ ਇਹਨੂੰ ਆਜ਼ਾਦੀ ਦਾ ਨਾਂ ਦੇ ਕੇ ਪ੍ਰਚਾਰਿਆ ਗਿਆ ਕਿ ਲੁੱਟ ਹੁਣ ਖਤਮ ਹੋ ਗਈ ਹੁਣ ਅਸੀਂ ਆਜ਼ਾਦ ਭਾਰਤ ਦੇ ਵਸਨੀਕ ਬਣ ਗਏ ਸਾਰੇ ਬਰਾਬਰ ਆ ਤਾਂ ਇਹ ਕਿਸਾਨਾਂ ਦੀ ਹੋਵੇ ਮਜ਼ਦੂਰਾਂ ਦੀ ਹੋਵੇ ਮੁਲਾਜ਼ਮਾਂ ਦੀ ਹੋਵੇ ਤੇ ਧਾਰਮਿਕ ਤੌਰ ਦੇ ਉੱਤੇ ਇੱਥੇ ਵਸਦਿਆਂ ਕਟ ਗਿਣਤੀਆਂ ਦੀ ਹੋਵੇ ਤੇ ਜਦੋਂ ਪੋਲੀਟੀਕਲ ਪਾਵਰ ਦੇ ਸ਼ੇਅਰਿੰਗ ਦਾ ਸਵਾਲ ਆਉਂਦਾ ਕਿ ਡੈਮੋਕ੍ਰੇਸੀ ਦਾ ਮਤਲਬ ਆ ਕਿ ਸਾਰੇ ਵਰਗਾਂ ਨੂੰ ਪੋਲੀਟੀਕਲ ਪਾਵਰ ਦੇ ਵਿੱਚ ਸ਼ੇਅਰ ਮਿਲੇ ਤਾਂ ਉਹਦੇ ਵਿੱਚ ਜਿੰਨਾ ਲਗਾਤਾਰ ਕੇਂਦਰੀਕਰਨ 47 ਤੋਂ ਬਾਅਦ 47 ਦੇ ਵਿੱਚ ਜਿਹੜੀ ਨਿਉਂ ਧਰੀ ਗਈ ਆ ਉਹਦੇ ਵਿੱਚ ਵੀ ਉਹ ਕੇਂਦਰੀਕਰਨ ਦੀਆਂ ਜੜਾਂ ਨੇ ਤੇ ਉਹ ਕੇਂਦਰੀਕਰਨ ਲਗਾਤਾਰ ਜਿਹੜਾ ਵਧ ਰਿਹਾਗਾ ਇੰਡੀਆ ਦੇ ਸੰਵਿਧਾਨ ਦੇ ਵਿੱਚ ਜਿਹੜੀ ਧਾਰਾ 19 ਹੈ ਉਹ ਵੀ ਇਹ ਗੱਲ ਕਹਿੰਦੀ ਹੈ ਕਿ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਹੈ ਉਹ ਸਾਰਿਆਂ ਦਾ ਹੈਗਾ ਪਰ ਨਾਲ ਹੀ ਇੱਕ ਗੱਲ ਕਹੀ ਜਾਂਦੀ ਕਿ ਇਹਦੇ ਉੱਪਰ ਕੋਈ ਰੋਕਾਂ ਲਾਈਆਂ ਜਾ ਸਕਦੀਆਂ ਜਿੰਨਾ ਰੋਕਾਂ ਦਾ ਆਪਣੇ ਨਾਲ ਵਾਹ ਪੈਂਦਾ ਉਹਨਾਂ ਦੇ ਵਾਸਤੇ ਇੰਡੀਆ ਦੇ ਕਾਨੂੰਨ ਦੇ ਵਿੱਚ ਸਿਰਫ ਇੱਕ ਹੀ ਧਾਰਾ ਆ ਆਈਟੀ ਐਕਟ 2000 ਦੀ ਧਾਰਾ 69ਏ 69ਏ ਸੋ ਉਹਦੇ ਤਹਿਤ ਕੋਈ ਵੀ ਜਾਣਕਾਰੀ ਜਿਹੜੀ ਇੰਟਰਨੈਟ ਦੇ ਉੱਪਰ ਹੈਗੀ ਆ ਉਹਨੂੰ ਸਰਕਾਰ ਦੇ ਵੱਲੋਂ ਰੋਕਿਆ ਜਾ ਸਕਦਾ ਹੈ ਇਹ ਸਾਰੀ ਦੁਨੀਆ ਦੇ ਵਿੱਚ ਰੋਕਾਂ ਵਧੀਆਂ ਨੇ ਔਰ ਇੰਡੀਆ ਉਹਦੀ ਕੋਈ ਐਕਸੈਪਸ਼ਨ ਨਹੀਂ ਹੈਗਾ ਇੰਡੀਆ ਦੇ ਵਿੱਚ ਵੀ ਹੋਈਆਂ ਇੱਕ ਅੰਕੜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਇਹ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਸਲ 2118 ਦੇ ਵਿੱਚ 2799 ਸਾਈਟਾਂ ਰੋਕੀਆਂ ਗਈਆਂ 2118 ਦੇ ਵਿੱਚ 3635 220 ਦੇ ਵਿੱਚ 9949 221 ਦੇ ਵਿੱਚ 6096 ਤੇ 222 ਦੇ ਵਿੱਚ 6775 ਇਹਦਾ ਮੋਟਾ ਜਿਹਾ ਜੇ ਆਪਾਂ ਇਹਦੀ ਪਰਚੋਲ ਕਰੀਏ ਕਿ 18 ਸਾਲ 2018 ਤੋਂ 2019 ਦੇ ਵਿੱਚ 30% ਵਾਧਾ ਹੁੰਦਾ ਪਰ 2019 ਤੋਂ 2020 ਦੇ ਵਿੱਚ ਜੇ ਸਾਲ ਕਰੋਨਾ ਲੱਗਾ 171% ਦੀ ਵਾਧਾ ਹੁੰਦਾ ਅੱਜ ਦੇ ਦਿਨਾਂ 'ਚ ਸਭ ਤੋਂ ਵੱਡੀ ਡੈਮੋਕ੍ਰੇਸੀ ਵਰਲਡ ਦੇ 3 ਨੰਬਰ ਦੀ ਇਕਨੋਮਿਕ ਪਾਵਰ ਹੁਣ ਮਿਲਟਰੀ ਪਾਵਰ ਦੀ ਆ ਵੀ ਗੱਲਾਂ ਕਰ ਰਿਹਾ ਤੇ ਉਸ ਤੋਂ ਵੀ ਜ਼ਿਆਦਾ ਵਿਸ਼ਵਗੁਰੂ ਹੋਣ ਦੀ ਜਿਹੜੀਆਂ ਇਹ ਕਿੰਨਾ ਦਾ ਸੁਪਨਾ ਇਸ ਤਰੀਕੇ ਨਾਲ ਪੇਸ਼ ਕਰ ਰਿਹਾ ਹੈ ਤੇ ਜੋ ਤੁਸੀਂ ਸਾਰਿਆਂ ਨੇ ਵਿਚਾਰ ਕੀਤਾ ਉਹਦੇ ਵਿੱਚੋਂ ਜੋ ਇਹਨਾਂ ਦੀ ਅਸਲ ਪਿਕਚਰ ਨਕਲ ਦੀ ਉਹ ਤਾਂ ਇਹ ਹੈ ਕਿ ਇਨਾਂ ਦਾ ਜਿਹੜਾ ਰਾਜ ਆ ਉਹਦੇ ਜਿਹੜੇ ਅਸਲ ਕੈਰੈਕਟਰ ਆ ਜਾਂ ਖਸਲ ਤਾਂ ਕਹਿ ਲਓ ਕਿ ਇੱਕ ਤਾਂ ਜਿਵੇਂ ਸਭ ਤੋਂ ਪਹਿਲਾਂ ਇਹ ਨੌਜਵਾਨੀ ਕਿਹਾ ਸੀ ਕਿ ਬਸਤੀਵਾਦ ਵਾਲੀ ਇਹ ਹਿੰਦੂਤਵ ਵਾਲੀ ਬਸਤੀਵਾਦ ਵਾਲਾ ਹੀ ਉਹ ਇੰਪੀਰੀਅਲਿਜ਼ਮ ਹੈ ਤੇ ਲੋਕਾਂ ਨੂੰ ਬਿਲਕੁਲ ਹੀ ੱੱਕੇ ਨਾਲ ਪ੍ਰੈਸ਼ਰ ਨਾਲ ਰਾਜ ਕਰ ਰਿਹਾ ਹੈ ਕਿ ਦੂਸਰਾ ਹੈਗਾ ਆ ਵਿਧਕਰਿਆਲਾ ਬ੍ਰਾਹਮਣਿਜ਼ਮ ਜਿਹੜਾ ਕਾਸਟ ਸਿਸਟਮ ਦਰਜੇਬੰਦੀ ਵਾਲਾ ਉਹ ਇਹ ਦੇ ਸੰਵਿਧਾਨ ਦੇ ਵਿੱਚ ਵੀ ਥਰੂ ਰੈਜ਼ਰਵੇਸ਼ਨਸ ਹੈਗਾ ਹੈ। ਆ ਵੀ ਸਾਰੇ ਸੰਸਾਰ ਦੇ ਵਿੱਚ 40-50 ਕੁ ਖਿੱਤੇ ਇਹੋ ਜਿਹੇ ਲੱਭੇ ਆ ਜਿਹੜੇ ਆਉਣ ਵਾਲੀ نسل ਜਾਂ ਸਮੇ ਲਈ ਭਵਿੱਖ ਵਿੱਚ ਕਿਸੇ ਗਿਣਤੀ 'ਚ ਹੋਣਗੇ ਜਿਨ੍ਹਾਂ ਦੀ ਬੜੀ ਅਹਿਮੀਅਤ ਆ ਉਹਨਾਂ 'ਚ ਪੰਜਾਬ ਵੀ ਆ। ਤੋਂ ਪੰਜਾਬ ਨੂੰ ਮੁੱਖ ਰੱਖ ਕੇ ਜੋ ਕੁਝ ਕੀਤਾ ਜਾ ਰਿਹਾ ਜਿਵੇਂ ਆ ਨਵੇਂ-ਨਵੇਂ ਸੜਕਾਂ ਇਹ ਕਿਵੇਂ ਚੇਤਾ ਆ ਗਿਆ ਵੀ ਇੱਥੇ ਡਿਵੈਲਪਮੈਂਟ ਹੋਣਾ ਕਹਿੰਦੇ ਜੀ ਡਿਵੈਲਪਮੈਂਟ ਪ੍ਰੋਗਰੈਸ ਲਿਆਉਣੀ ਹੈ ਤੇ ਪ੍ਰੋਗਰੈਸ ਲਈ ਕਹਿੰਦੇ ਜੀ ਪੀਸ ਚਾਹੀਦੀ ਹੈ ਉਹ ਪੀਸ ਕਿਵੇਂ ਆਊਗੀ ਇੱਥੋਂ ਦੇ ਲੋਕਾਂ ਦੇ ਸਿਰ ਦੇ ਉੱਤੇ ਇੱਕ ਇੱਕ ਬੰਦੇ ਦੇ ਸਿਰ ਤੇ 100 100 200 200 ਖਾਕੀ ਵਰਦੀ ਵਾਲਾ ਗਨ ਵਾਲਾ ਅਸਲੇ ਵਾਲਾ ਬੰਦਾ ਖੜਾ ਕਰ ਦੇਾਂਗੇ ਤੇ ਸ਼ਾਂਤੀ ਹੋ ਜੂਗੀ ਜ਼ਮੀਨ ਖੋਹੀ ਜਾ ਰਹੀ ਹੈ ਤੁਹਾਡਾ ਪਾਣੀ ਅੱਜ ਤੁਹਾਨੂੰ ਹਰ ਹੀਲੇ ਇਹ ਦਰਸਾਇਆ ਜਾ ਰਿਹਾ ਕਿ ਇੱਥੇ ਪਾਣੀ ਗਹੀ ਨਹੀਂ ਸਕਦਾ ਜੀ ਇਹ ਤਾਂ ਦੇਣਾ ਪੈਣਾ ਜੀ ਹਰਿਆਣੇ ਤੇ ਰਾਜਸਥਾਨ ਨੂੰ 1947 ਤੋਂ ਬਾਅਦ ਲਗਾਤਾਰ ਸਰਕਾਰਾਂ ਬਦਲੀਆਂ ਨੀਲੀ ਕਾਲੀ ਚਿੱਟੀ ਪੱਗੀ ਜਿਹੜੀ ਮਰਜ਼ੀ ਪੱਗ ਆਈ ਆ ਮੈਂ ਇੱਥੇ ਡਾਕੂਮੈਂਟ ਐਡਾ ਲਿਖੀ ਫਿਰਦਾ ਆਪਣੇ ਕੋਲ ਟਾਈਮ ਨਹੀਂ ਉਧਰ ਨੂੰ ਜਾਣ ਦਾ ਪੰਜਾਬ ਦੇ ਪਾਣੀ ਸਾਡੇ ਕਿਸਾਨੀ ਦੇ ਸਾਡੇ ਆਪ ਦੇ ਘਰਾਂ ਦੇ ਵਿੱਚੋਂ ਆਪਦੇ ਸਾਡੇ ਬੰਦੇ ਆ ਜਿਹੜੇ ਸਰਕਾਰ ਬਣ ਬਣਦੇ ਮੁੱਖ ਮੰਤਰੀ ਬਣਦੇ ਚਾਹੇ ਉਹ ਬਰਨਾਲਾ ਸਾਹਿਬ ਆ ਚਾਹੇ ਉਹ ਬਾਦਲ ਸਾਹਿਬ ਆ ਚਾਹੇ ਅੱਜਕੱਲ ਭਗਵਾਨਤ ਮਾਨ ਸਾਹਿਬ ਨੇ ਸਾਡੇ ਪੰਜਾਬ ਦੇ ਬੰਦੇ ਨੇ ਪੰਜਾਬ ਦੇ ਪਾਣੀਆਂ ਨੂੰ ਲਟਾਉਣ ਲਈ ਸਾਰੇ ਇਕ ਨੇ ਕਿਉਂਕਿ 99% ਜਿਹੜੇ ਲਾ ਵਾਰਸ਼ ਤੇ ਅਣਪਛਾਤੀਆਂ ਲਾਇਸ਼ਾਂ ਕਰਾਰ ਦੇ ਕੇ ਸਿਵਿਆਂ ਦੇ ਵਿੱਚ ਜਲਾ ਦਿੱਤੇ ਗਏ ਉਹ ਸਾਰੇ ਦੇ ਸਾਰੇ ਜਿਹੜੇ ਕੇਸ ਸੀ ਉਹਨਾਂ ਵਿੱਚੋਂ 99% ਆਈਡੈਂਟੀਫਾਈ ਸੀ ਕਿਉਂਕਿ ਸਿਵਿਆਂ ਦਾ ਰਿਕਾਰਡ ਜਦੋਂ ਲਿਆ ਤੇ ਉਹਦੇ ਵਿੱਚ ਵੀ ਸਾਰੇ ਦੇ ਸਾਰੇ ਜਿਹੜੇ ਆ ਉਹਨਾਂ ਦੀ شناخت ਸੀ ਕਿਹੜਾ ਪੁਲਿਸ ਵਾਲਾ ਲੈ ਕੇ ਗਿਆ ਤੇ ਉਹ ਹੈ ਕੌਣ ਸੀ ਪੁਲਿਸ ਨੂੰ ਹਰ ਇੱਕ ਦਾ ਪਤਾ ਸੀ ਕਿ ਕਿੰਨੂੰ ਅਸੀਂ ਅਰੈਸਟ ਕੀਤਾ ਕਿਉਂਕਿ ਜਦੋਂ ਉਹਨੂੰ ਅਰੈਸਟ ਕੀਤਾ ਇਲੀਗਲ ਕਸਟਡੀ ਚ ਲਿਆ ਮਹੀਨਿਆਂ ਬਧੀ ਉਹਨੂੰ ਟਾਰਚਰ ਕੀਤਾ ਟਾਰਚਰ ਕਰਨ ਤੋਂ ਬਾਅਦ ਪੋਸਟਮਾਰਟਮ ਜਿਹੜਾ ਬੋਲਦਾ ਵਾਕ ਇਹਦੇ ਨਾਲ ਇਹ ਲਾਸ਼ ਦੇ ਨਾਲ ਕੀ ਹੋਇਆ ਉਹਨੂੰ ਲੁਕਾਉਣ ਵਾਸਤੇ ਜਾਂ ਤੇ ਉਹਦੀ ਲਾਸ਼ ਆ ਜਿਹੜੀਆਂ ਪੋਸਟਮਾਰਟਮ ਕਰਾਇਆ ਹੀ ਨਹੀਂ ਗਿਆ ਜਿਹੜੀਆਂ ਦਰਿਆਵਾਂ ਚ ਰੋੜੀਆਂ ਗਈਆਂ ਬਹੁਤ ਸਾਰੀਆਂ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਉਹਦਾ ਇਹ ਕਾਰਨ ਸੀ ਹੁਣ ਇਹ ਸਾਰੀਆਂ ਜਿਹੜੀਆਂ ਜਿਨ੍ਹਾਂ ਨੇ লাশ ਜਿਹੜਾ ਇਹ ਕਿਹਾ ਜਾਂਦਾ ਨਾ ਕਿ ਅਸੀਂ ਇਸ ਕਰਕੇ ਸੰਸਕਾਰ ਕਰ ਦਿੱਤਾ ਕਿ লাশ ਮੰਗਣ ਹੀ ਕੋਈ ਨਹੀਂ ਆਇਆ ਪਰ ਜਦੋਂ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਵੇਖਿਆ ਉਹਦੇ ਵਿੱਚੋਂ ਤਕਰੀਬਨ 40 45% ਲੋਕਾਂ ਨੇ ਆਪਣੇ ਸ਼ਹੀਦ ਕੀਤੇ ਨੌਜਵਾਨ ਦੀ লাশ ਲੈਣ ਲਈ ਯਤਨ ਕੀਤਾ ਸੀ ਉਹਨਾਂ ਨੂੰ ਕੁੱਟ ਕੇ ਮਾਰ ਕੇ ਜਲੀਲ ਕਰਕੇ ਭੁਜਾ ਦਿੱਤਾ ਗਿਆ ਕੀ ਇਹ ਇਹ ਦੇਸ਼ ਜਿਹੜਾ ਆਪਣੇ ਆਪ ਨੂੰ ਡੈਮੋਕਰੇਟ ਕਹਿੰਦਾ ਵਾ ਆਪਣੇ ਆਪ ਨੂੰ ਧਰਮ ਨਰਪੱਖ ਕਹਿੰਦਾ ਵਾ ਇਹ ਜੀ 20 ਦੇ ਸੰਮੇਲਨ ਦੇ ਵਿੱਚ ਇਹ ਕੀ ਦੱਸਣਾ ਚਾਹੁੰਦਾ ਵਾ ਤੇ ਜੀ 20 ਸੰਮੇਲਨ ਦੇ ਵਿੱਚ ਜਿਹੜੇ ਦੂਜੇ 19 ਦੇਸ਼ ਸ਼ਾਮਲ ਹੋਏ ਮੇਜ਼ਬਾਨ ਆ ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਵਾ ਕਿ ਇੱਥੇ ਕੀ ਕੀ ਕੁਝ ਹੋਇਆ ਜੀ 20 ਸਮਿਟ ਰਹੀ ਆਪਣਾ ਜਿਹੜਾ ਉਹਦਾ ਪ੍ਰੋਗਰੈਸ ਜਿੱਦੋਂ ਨੇ ਕੀਤੀ ਆ ਪਿਛਲੇ ਸਮਿਆਂ ਦੇ ਵਿੱਚ ਉਹ ਜੋਤੇ ਬਾਕੀ ਦੇ 19 ਕੰਟਰੀ ਨੇ ਉਹਨਾਂ ਨੂੰ ਦਿਖਾਏਗਾ ਇੱਕ ਸਾਲ ਦੇ ਵਿੱਚ ਕਿਉਂਕਿ ਇੱਕ ਸਾਲ ਦੀ ਜਿਹੜੀ ਪ੍ਰਧਾਨਗੀ ਹੈ ਜੀ20 ਦੀ ਉਹ ਇੰਡੀਆ ਦੇ ਕੋਲ ਹੈ ਤਾਂ ਕਿ ਇਹ ਵੱਦ ਤੋਂ ਵੱਧ ਹਿੰਦੁਸਤਾਨ ਦੇ ਵਿੱਚ ਇਨਵੈਸਟਮੈਂਟ ਕਰਾ ਸਕਣ ਬਾਹਰਲੇ ਦੇਸ਼ਾਂ ਤੋਂ ਬਾਕੀ ਅਸੀਂ ਜੋ ਅਪਰਾਲਾ ਕੀਤਾ ਅਸੀਂ ਉਹ ਜੋ ਹਿੰਦੁਸਤਾਨ ਦਾ ਅਸਲੀ ਰੂਪ ਹੈ ਉਸੀਂ ਦਰਸਾਉਣਾ ਜਿੱਦਾਂ ਅੱਜ ਸਾਰਿਆਂ ਬੁਲਾਰਿਆਂ ਨੇ ਆਪਣੇ ਆਪਣੇ ਤੌਰ ਤੇ ਵੱਖਰੇ ਵੱਖਰੇ ਇਸ਼ੂਜ਼ ਦੇ ਉੱਤੇ ਗੱਲ ਕੀਤੀ ਹੈ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਵਿਚਾਰ ਦਿੱਤੇ ਆ ਅਸੀਂ ਕੋਸ਼ਿਸ਼ ਹੀ ਨਹੀਂ ਕਰਾਂਗੇ ਅਸੀਂ ਤੁਹਾਨੂੰ ਸ਼ੋਰ ਕਰਦੇ ਆ ਕਿ ਅਸੀਂ ਇਹਨੂੰ ਇਸ ਤੁਹਾਡੇ ਸਾਰੇ ਵਿਚਾਰਾਂ ਨੂੰ ਇੱਕ ਸਮੁੰਦਰ ਚੋਂ ਕੁੱਜੇ ਦੀ ਤਰ੍ਹਾਂ ਮਤਲ ਕੱਢ ਕੇ ਇਹਨਾਂ ਦੇਸ਼ਾਂ ਨੂੰ ਜਿਹੜੇ 19 ਦੇਸ਼ ਨੇ ਉਹਨਾਂ ਨੂੰ ਭੇਜਾਂਗੇ ਤੇ ਤਾਂ ਤੁਹਾਡੇ ਰਕ ਵੀ ਪਹੁੰਚਾਵਾਂਗੇ ਵੀ ਆ ਜੋ ਅਸੀਂ ਆਪਣੀ ਉਸ ਸਮਟ ਹੈ ਜਿਹੜੀ ਉਹਦਾ ਕੱਢਿਆ ਨਚੋੜ ਪਿਆ ਅਸੀਂ ਭੇਜਿਆ ਇਸ ਗੱਲ ਦੇ ਲਈ ਬੀਤੇ ਕੱਲ ਪੰਜਾਬ ਸਰਕਾਰ ਵੱਲੋਂ ਜਿੱਥੇ ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਤੇ ਗ੍ਰਿਫਤਾਰੀ ਨੇ ਲੈ ਕੇ ਜਾਣਬੋਝ ਕੇ ਭੰਬਲ ਪੂਸਾ ਪੈਦਾ ਕੀਤਾ ਗਿਆ ਹੈ ਉੱਥੇ ਹੀ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ 78 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੂਰੇ ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਪੰਜਾਬ ਵਿੱਚ ਤਲਾਸ਼ੀ ਮੁਹਿੰਮ ਚਲਾਉਣ ਲਈ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੰਜਾਬ ਵਿੱਚ ਰਾਸ਼ੀ دہشت ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਕੇਂਦਰੀ ਬਲਾਂ ਦੀ ਸ਼ਮੂਲੀਅਤ ਨਾਲ ਕੌਮੀ ਜਾਸ ਜਾਂਚ ਏਜੰਸੀ NIA ਨੂੰ ਸ਼ਾਮਲ ਕਰਨ ਲਈ ਉਪਜਾਉ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਪੰਜਾਬੀ ਕੌਮੇਤ ਦੇ ਸਿਆਸੀ ਸਵਾਲਾਂ ਅਤੇ ਸਿੱਖ ਘਟ ਗਣਤੀਆਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਭਾਰਤੀ ਰਾਜ ਇਸ ਨੂੰ ਸਿਰਫ ਅਮਨ ਕਾਨੂੰਨ ਦੀ ਸਮੱਸਿਆ ਤੱਕ ਹੀ ਸੀਮਤ ਕਰ ਰਿਹਾ ਹੈ ਅੱਜ ਦਾ ਇਹ ਸਦਨ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਭਾਵੇਂ ਸਿਆਸੀ ਮਤਭੇਦ ਹੋਣ ਸਾਨੂੰ ਮਨਮਾਨੀਆਂ ਗ੍ਰਿਫਤਾਰੀਆਂ ਦੇ ਨਿਖੇਧੀ ਕਰਨੀ ਚਾਹੀਦੀ ਹੈ ਤੇ ਰਾਜ ਦੀਆਂ ਫੌਜਾਂ ਦੁਆਰਾ ਡਰ ਅਤੇ دہشت ਦੇ ਮਾਹੌਲ ਨੂੰ ਤੋੜਨ ਲਈ ਅੱਗੇ ਆਉਣਾ ਚਾਹੀਦਾ ਹੈ